ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਲੁਧਿਆਣਾ ਵਿੱਚ ਮੁਟਿਆਰ ਨਾਲ ਸਮੂਹਕ ਜਬਰ ਜਨਾਹ, ASI ਮੁਅੱਤਲ, 10 ਪੁਲਿਸ ਅਫਸਰਾਂ ਤੋਂ ਪੁੱਛਗਿੱਛ ਕਰੇਗੀ SIT। ਬ੍ਰਹਮਪੁਰਾ ਨੇ ਆਖਿਆ ਪੰਥਕ ਮੁੱਦਿਆਂ ਦੇ ਸਹਾਰੇ ਸੱਤਾ ਤੇ ਕਾਬਜ ਹੋਣ ਵਾਲਿਆਂ ਨੇ ਨਹੀਂ ਲਈ ਪੰਥ ਦੀ ਸਾਰ। ਕੈਨੇਡਾ ਤੋਂ ਆਏਗੀ ਅਫੀਮ ਨਾਲ ਜੁੜੇ ਨਸ਼ੇ ਛੁਡਾਉਣ ਦੀ ਤਕਨੀਕ। ਪੰਜਾਬ ਵਿੱਚ ਫੁੱਲ ਮੈਰਾਥਨ ਲਈ ਫੌਜਾ ਸਿੰਘ, ਮਾਨਕੌਰ ਅਤੇ ਮਿਲਖਾ ਸਿੰਘ ਨੂੰ ਸੱਦਾ। 31 ਮਾਰਚ ਨੂੰ ਮੋਹਾਲੀ ਵਿੱਚ ਕਰਾਈ ਜਾਏਗੀ ਫੁੱਲ ਮੈਰਾਥਨ। ਸੁਖਬੀਰ ਬਾਦਲ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਧੋਖਾਧੜੀ ਤੇ ਸਿਕੰਜਾ, ਵਿਆਹ ਕਰਾ ਕੇ ਵਿਦੇਸ਼ ਭੱਜੇ ਤਾਂ ਪ੍ਰਾਪਰਟੀ ਹੋਏਗੀ ਜ਼ਬਤ। NRI ਪਤੀਆਂ ਲਈ ਬਿੱਲ ਪੇਸ਼, ਪਾਸ ਨਾ ਹੋਇਆ ਤਾਂ ਆਰਡੀਨੈਂਸ ਹੋਏਗਾ ਜਾਰੀ, ਪਾਸਪੋਰਟ ਹੋਏਗਾ ਰੱਦ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਡਾਇਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਕੀ ਵਾਪਰਿਆ, ਕੀ ਹੋਣ ਵਾਲਾ ਹੈ? ਸਿਆਸੀ ਪਿੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਬਰਗਾੜੀ ਬੀਐਸਪੀ ਮਾਮਲੇ ਨਾਲ ਸੰਬੰਧਿਤ ਬਹਿਬਲ ਕਲਾ ਗੋਲੀਕਾਂਡ ਦੀ ਘਟਨਾ ਵਿੱਚ ਮੋਗਾ ਦੇ ਉਸ ਸਮੇਂ ਦੇ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ SIT ਨੇ ਕੁਝ ਵੱਡੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਵੱਲ ਆਪਣਾ ਰੁਖ ਕਰ ਲਿਆ। ਸਾਬਕਾ SSP ਵੱਲੋਂ ਪੁਲਿਸ ਰਿਮਾਂਡ ਦੌਰਾਨ ਕੀਤੇ ਗਏ ਖੁਲਾਸੇ ਤੋਂ ਬਾਅਦ SIT ਨੇ 3 IPS ਅਧਿਕਾਰੀਆਂ ਸਮੇਤ ਕਰੀਬ 8 ਵੱਡੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਨੂੰ ਪੁੱਛਗਿੱਛ ਲਈ 12 ਫਰਵਰੀ ਯਾਨੀ ਅੱਜ ਚੰਡੀਗੜ੍ਹ ਵਿਖੇ ਪੇਸ਼ ਹੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਫਸਰ ਤੇ SIT ਵੱਲੋਂ ਪਹਿਲਾਂ ਹੀ ਪੁੱਛਗਿੱਛ ਹੋ ਚੁੱਕੀ ਹੈ, ਪਰ ਸਾਬਕਾ SSP ਚਰਨਜੀਤ ਸ਼ਰਮਾ ਦੀ ਰਿਮਾਂਡ ਦੌਰਾਨ ਕੀਤੇ ਖੁਲਾਸੇ ਤੋਂ ਬਾਅਦ SIT ਨੇ ਕੁਝ ਹੋਰ ਅਧਿਕਾਰੀਆਂ ਨੂੰ ਘੇਰੇ ਵਿੱਚ ਲੈਣ ਦੀ ਤਿਆਰੀ ਕੀਤੀ ਹੈ। SIT ਨੇ ਪੁਲਿਸ ਤੇ ਪ੍ਰਸ਼ਾਸਨ ਦੇ ਕਰੀਬ 8 ਤੋਂ ਵੱਧ ਜ਼ਿਆਦਾ ਅਧਿਕਾਰੀਆਂ ਨੂੰ ਤਲਬ ਕੀਤਾ। ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਕੋਟਪੁਰਾ ਤੇ ਬਹਿਬਲ ਕਲਾਂ ਵਿੱਚ ਜਿਹੜੇ ਡਿਊਟੀ ਤੇ ਤਾਇਨਾਤ ਸਨ, ਇਨ੍ਹਾਂ ਅਧਿਕਾਰੀਆਂ ਵਿੱਚੋਂ ਪੁਲਿਸ ਦੇ 3 ਵੱਡੇ ਅਫਸਰਾਂ ਦੇ ਨਾਮ ਸ਼ਾਮਲ ਹੈ ਜੋ ਕਿ ਉਸ ਸਮੇਂ ਤਾਇਨਾਤ ਪੁਲਿਸ ਟੀਮ ਦੀ ਰੈਂਕ ਦੇ ਹਿਸਾਬ ਨਾਲ ਸੀਨੀਅਰ ਵੀ ਨੇ। ਸ਼ਾਮਲ ਇੱਕ ਵੱਡੇ ਅਫਸਰ ਦਾ ਨਾਂ ਤਾਂ ਸਿੱਖ ਜਥੇਬੰਦੀਆਂ ਵੱਲੋਂ ਵੀ ਲਿਆ ਗਿਆ। ਸਾਬਕਾ SSP ਚਰਨਜੀਤ ਸ਼ਰਮਾ ਨੂੰ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ, ਜਿਨ੍ਹਾਂ ਦੀ ਪੁਸ਼ਟੀ ਕਰਨ ਲਈ SIT ਨੇ ਇਨ੍ਹਾਂ ਅਧਿਕਾਰੀਆਂ ਤੋਂ ਦੁਬਾਰਾ ਪੁੱਛਗਿੱਛ ਕਰਨ ਦਾ ਮਨ ਬਣਾਇਆ। ਪੁੱਛਗਿੱਛ ਵਾਸਤੇ ਤਲਬ ਕੀਤੇ ਅਧਿਕਾਰੀ ਵਿੱਚ ਇਸ ਸਮੇਂ ਲੁਧਿਆਣਾ, ਬਠਿੰਡਾ ਤੇ ਫਿਰੋਜ਼ਪੁਰ ਵਿੱਚ ਤਾਇਨਾਤ ਰਹੇ ਵੱਡੇ ਅਫਸਰਾਂ ਦੇ ਨਾਲ ਨਾਲ ਕੁਝ ਜ਼ਿਲ੍ਹਿਆਂ ਦੇ SP DSP ਤੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਨੇ। ਹਾਲਾਂਕਿ SIT ਦੇ ਅਧਿਕਾਰੀਆਂ ਨੇ ਇਸ ਮਸਲੇ ਵਿੱਚ ਕਿਸੇ ਤਰ੍ਹਾਂ ਦੀ ਅਧਿਕਾਰਿਤ ਰੂਪ ਵਿੱਚ ਜਾਣਕਾਰੀ ਦੇਣ ਤੋਂ ਸਪਸ਼ਟ ਨਾ ਕੀਤੀ ਹੈ। ਲੁਧਿਆਣਾ ਵਿੱਚ ਆਪਣੇ ਦੋਸਤ ਨਾਲ ਘੁੰਮਦਿਆਂ ਮੁਟਿਆਰ ਨੂੰ ਦੋਸਤ ਸਮੇਤ ਅਗਵਾ ਕਰਕੇ 10 ਮੋਟਰਸਾਈਕਲ ਸਵਾਰਾਂ ਨੇ ਕਾਰ ਵਿੱਚ ਸਮੂਹਕ ਜਬਰ ਜਨਾਹ ਕੀਤਾ। ਪੁਲਿਸ ਨੇ ਪੀੜਤਾ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੋਟਰਸਾਈਕਲ ਤੇ ਸਵਾਰ 3 ਵਿਅਕਤੀਆਂ ਨੇ ਕਾਰ ਦੇ ਡਰਾਈਵਰ ਵਾਲੇ ਪਾਸੇ ਹਿੱਟ ਮਾਰ ਕੇ ਕਾਰ ਰੁਕਵਾ ਲਈ ਤੇ ਜਬਰਨ ਕਾਰ ਪਾਸੇ ਲੈ ਗਏ, ਜਿੱਥੇ ਇਨ੍ਹਾਂ ਨੇ ਫੋਨ ਕਰਕੇ ਆਪਣੇ 7 ਸਾਥੀਆਂ ਸਮੇਤ ਹੋਰਨਾਂ ਨੂੰ ਸੱਦ ਲਿਆ। ਇਨ੍ਹਾਂ ਨੇ ਮੁਟਿਆਰ ਦੇ ਦੋਸਤ ਨੂੰ ਘੇਰ ਕੇ ਕਾਰ ਵਿੱਚ ਮੁਟਿਆਰ ਨਾਲ ਵਾਰੋ ਵਾਰੀ ਜਬਰ ਜਨਾਹ ਕੀਤਾ। ਇਸ ਪਿੱਛੋਂ ਉਨ੍ਹਾਂ ਮੁਟਿਆਰ ਦੇ ਦੋਸਤ ਦੇ ਮੋਬਾਈਲ ਤੋਂ ਉਨ੍ਹਾਂ ਦੇ ਇੱਕ ਹੋਰ ਦੋਸਤ ਨੂੰ ਫੋਨ ਕਰਕੇ ਦੋਵਾਂ ਨੂੰ ਛੱਡਣ ਬਦਲੇ 1 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ, ਪਰ ਉਨ੍ਹਾਂ ਦੇ ਦੋਸਤ ਡਰ ਕਰਕੇ ਉੱਥੇ ਨਾ ਗਏ ਤੇ ਸਾਰੀ ਦੋਸ਼ੀ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਤੇ DIG ਨੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੂੰ ਜ਼ਬਰਦਸਤ ਝਾੜ ਪਾਈ। ਉਨ੍ਹਾਂ ਨੇ ਥਾਣਾ ਮੁੱਲਾਪੁਰ ਦਾਖਾ ਵਿੱਚ ਲਾਪਰਵਾਹੀ ਵਰਤਣ ਵਾਲੇ ASI ਵਿਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ। ਦਾਖਾ ਪੁਲਿਸ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਰਹੀ। ਜਦੋਂ ਦੋਸ਼ੀਆਂ ਨੇ ਫਰੌਤੀ ਮੰਗੀ ਤਾਂ ਉਕਤ ਦੋਸਤ ਰਾਤ ਨੂੰ ਦਾਖਾ ਥਾਣੇ ਜਾ ਪਹੁੰਚੇ, ਪਰ ਉੱਥੇ ਤਾਇਨਾਤ ਪੁਲਿਸ ਮੁਲਾਜ਼ਮ ਹੱਥ ਤੇ ਹੱਥ ਧਰੀ ਬੈਠੇ ਰਹੇ। ਦੇਰ ਰਾਤ ਪੁਲਿਸ ਉਕਤ ਦੋਸਤ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੀ। ਉਦੋਂ ਤੱਕ ਦੋਸ਼ੀ ਫਰਾਰ ਹੋ ਚੁੱਕੇ ਸਨ।
ਕੈਪਟਨ ਸਰਕਾਰ ਦਾ ਅੱਜ ਸ਼ੁਰੂ ਹੋਣ ਜਾ ਰਿਹਾ ਬਜਟ ਇਜਲਾਸ ਹੰਗਾਮਿਆਂ ਭਰਪੂਰ ਰਹੇਗਾ। ਵਿਰੋਧੀ ਧਿਰਾਂ ਨੇ ਲੋਕ ਮੁੱਦਿਆਂ ਤੇ ਸਰਕਾਰਾਂ ਨੂੰ ਘੇਰਨ ਦੀ ਰਣਨੀਤੀ ਘੜੀ ਹੈ। ਉੱਥੇ ਹੀ ਸਰਕਾਰਾਂ ਨੇ ਵੀ ਵਿਰੋਧੀਆਂ ਤੇ ਭਾਰੀ ਪੈਣ ਦੀ ਤਿਆਰੀ ਕੀਤੀ ਹੈ। ਅੱਜ ਤੋਂ 21 ਫਰਵਰੀ ਤੱਕ ਚੱਲਣ ਵਾਲੇ ਸੈਸ਼ਨ ਦੌਰਾਨ ਕਿਸਾਨੀ, ਨੌਜਵਾਨੀ, ਮੁਲਾਜ਼ਮਾਂ, ਅਧਿਆਪਕਾਂ, ਅਮਨ ਕਾਨੂੰਨ ਬੇਅਦਬੀ ਅਤੇ ਕੋਟਗੁਰਾ ਦੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ ਗਰਮਾਉਣਗੇ। ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਸਰਕਾਰ ਨੂੰ ਘੇਰਨਗੇ। ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਹ ਬਜਟ ਇਜਲਾਸ ਦੀਆਂ ਮੀਟਿੰਗਾਂ ਵਿੱਚ ਫਿਲਹਾਲ ਸ਼ਾਮਲ ਨਹੀਂ ਹੋਣਗੇ। ਬਾਹਰ ਰਹਿ ਕੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਪੋਲ ਖੋਲਣਗੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰੰਤੂ ਮੁੱਖ ਮੰਤਰੀ ਬਣਦਿਆਂ ਸਾਰ ਹੀ ਉਹ ਵਾਅਦੇ ਭੁੱਲ ਗਏ। ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਇਜਲਾਸ ਵਿੱਚ ਸ਼ਾਮਲ ਨਹੀਂ ਹੋਣਗੇ। ਦੂਜੇ 6 ਵਿਧਾਇਕ ਇਜਲਾਸ ਦੌਰਾਨ ਆਪੋ ਆਪਣੇ ਹਲਕਿਆਂ ਨਾਲ ਸੰਬੰਧਿਤ ਮੁੱਦੇ ਚੁੱਕਣਗੇ। ਵਿਧਾਇਕਾਂ ਦੀ ਅਗਵਾਈ ਖਰੜ ਹਲਕੇ ਤੋਂ ਵਿਧਾਇਕ ਅਮਰ ਸਧੂ ਅਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਵਿਧਾਇਕਾਂ ਦੀ ਅਹਿਮ ਮੀਟਿੰਗ ਸੱਦੀ ਹੈ, ਜਿਸ ਵਿੱਚ ਇਜਲਾਸ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਨੇ ਜਿਸ ਝੂਠ ਦੇ ਸਿਰ ਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਵਿਧਾਨ ਸਭਾ ਇਜਲਾਸ ਦੌਰਾਨ ਉਸ ਨੂੰ ਨਸ਼ਰ ਕੀਤਾ ਜਾਏਗਾ ਤੇ ਅਕਾਲੀ ਦਲ ਇਜਲਾਸ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏਗਾ ਤੇ ਲੋਕਾਂ ਦੇ ਮੁੱਦੇ ਜ਼ੋਰ ਸ਼ੋਰ ਨਾਲ ਚੁੱਕੇਗਾ। ਉਨ੍ਹਾਂ ਆਖਿਆ ਕਿ ਅਸੀਂ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਸੈਸ਼ਨ ਦਾ ਸਮਾਂ ਘੱਟ ਤੋਂ ਘੱਟ 3 ਹਫ਼ਤੇ ਤੱਕ ਕੀਤਾ ਜਾਵੇ ਤਾਂ ਜੋ ਕੈਪਟਨ ਸਰਕਾਰ ਦੀ ਪੋਲ ਖੋਲ੍ਹੀ ਜਾਵੇ। ਅਕਾਲੀ ਦਲ ਦੇ ਪ੍ਰਧਾਨ ਤੇ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਬਾਦਲ ਦੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਕੱਲ੍ਹ ਵੀ ਪੇਸ਼ੀ ਨਹੀਂ ਹੋ ਸਕੀ। ਉਨ੍ਹਾਂ ਨੇ ਕਮੇਟੀ ਨੂੰ ਚਿੱਠੀ ਲਿਖ ਕੇ 2 ਹਫ਼ਤਿਆਂ ਦਾ ਸਮਾਂ ਮੰਗਿਆ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਸੁਖਬੀਰ ਬਾਦਲ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਸੁਖਬੀਰ ਨੂੰ ਵਿਸ਼ੇਸ਼ ਅਧਿਕਾਰਾਂ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਬਾਦਲ ਨੇ ਚਿੱਠੀ ਲਿਖ ਕੇ ਦੇਰ ਨਾਲ ਸੂਚਨਾ ਮਿਲਣ ਦੀ ਗੱਲ ਕਹਿੰਦਿਆਂ 2 ਹਫ਼ਤਿਆਂ ਦਾ ਸਮਾਂ ਮੰਗਿਆ। ਮੰਨਿਆ ਜਾ ਰਿਹਾ ਕਿ ਵਿਧਾਨ ਸਭਾ ਬਜਟ ਇਜਲਾਸ ਪੂਰਾ ਹੋਣ ਤੋਂ ਬਾਅਦ ਹੀ ਸੁਖਬੀਰ ਬਾਦਲ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਲੋਕ ਸਭਾ ਦੀ ਸੀਟ ਭਾਜਪਾ ਨੂੰ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਪੰਜਾਬੀਆਂ ਨੂੰ ਹੁਣ ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਭਲੇ ਦੀ ਆਸ ਖਤਮ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਥਕ ਮੁੱਦਿਆਂ ਨੂੰ ਉਭਾਰ ਕੇ ਤੇ ਪੰਥ ਦੀ ਰੱਖਿਆ ਦਾ ਸੁਨੇਹਾ ਦੇ ਕੇ ਸੱਤਾ ਤੇ ਕਾਬਜ ਹੋਏ ਲੋਕਾਂ ਨੇ ਪੰਥ ਦਾ ਕੁਝ ਸਵਾਰਨ ਦੀ ਬਜਾਏ ਆਪਣੇ ਖੁਦ ਦਾ ਬਹੁਪੱਖੀ ਵਿਕਾਸ ਕਰ ਲਿਆ, ਲੇਕਿਨ ਪੰਥ ਅਤੇ ਕੌਮ ਦੀ ਸਾਰਨੀ ਲਈ। ਉਨ੍ਹਾਂ ਆਖਿਆ ਕਿ ਇਹੀ ਕਾਰਨ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਵੀ ਪੰਥ ਦੋਸ਼ੀਆਂ ਨੇ ਠੇਸ ਪਹੁੰਚਾਉਣ ਦੀ ਹਿੰਮਤ ਕਰ ਲਈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜਾਬ ਦੀ ਰਾਜਨੀਤਿਕ ਮੰਚ ਤੇ ਦਸਤਕ ਨੂੰ ਨਾ ਸਿਰਫ ਸਿਆਸਤ ਦੇ ਅੰਦਰ ਫੈਲੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਸਫਾਈ ਵੱਲ ਕਦਮ ਵਾਧਾ ਦੱਸਿਆ ਗਿਆ, ਬਲਕਿ ਧਰਮ ਅਤੇ ਰਾਜਨੀਤਿਕ ਗਲਬੇ ਦੇ ਖਾਤਮੇ ਦੀ ਸਰਗਰਮ ਸ਼ੁਰੂਆਤ ਕੀਤੀ ਜਾ ਰਹੀ ਹੈ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ। ਚੰਡੀਗੜ੍ਹ ਤੋਂ ਖਬਰ, ਪੰਜਾਬ ਸਰਕਾਰ ਵੱਲੋਂ DA ਦੀ ਲੰਗੜੀ ਕਿਸ਼ਤ ਜਾਰੀ ਕੀਤੇ ਜਾਣ ਤੋਂ ਖਫਾ ਸੂਬੇ ਦੇ ਮੁਲਾਜ਼ਮਾਂ ਨੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ, ਜਿਸ ਤਹਿਤ ਪੰਜਾਬ ਵਿਧਾਨ ਸਭਾ ਦੇ ਹੋ ਰਹੇ ਬਜਟ ਸੈਸ਼ਨ ਦੇ ਪਹਿਲੇ ਦਿਨ ਯਾਨੀ 12 ਫਰਵਰੀ ਤੋਂ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਹੋ ਗਿਆ। ਮੁਲਾਜ਼ਮਾਂ ਨੇ 13 ਫਰਵਰੀ ਤੋਂ ਦਫ਼ਤਰਾਂ ਨੂੰ ਤਾਲੇ ਠੋਕਣ ਦਾ ਫੈਸਲਾ ਕੀਤਾ। ਮੁਲਾਜ਼ਮਾਂ ਦੇ ਇਸ ਫੈਸਲੇ ਕਾਰਨ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ ਦੇ ਵੀ ਆਸਾਰ ਬਣ ਗਏ ਨੇ। ਖਬਰ, ਪ੍ਰਯਾਗਰਾਜ ਤੋਂ ਆ ਰਹੀ ਹੈ। ਕੁੰਭ ਮੇਲੇ ਦੇ 3ਜੇ ਅਤੇ ਆਖਰੀ ਸ਼ਾਹੀ ਇਸ਼ਨਾਨ ਦੌਰਾਨ ਬਸੰਤ ਪੰਚਮੀ ਅਤੇ ਰਾਤ ਨੂੰ 12 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਕਰੀਬ 1.5 ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ 'ਚ ਡੁਬਕੀਆਂ ਲਾਈਆਂ। ਇਸ ਦੌਰਾਨ ਸਾਧੂ ਸੰਤਾਂ ਅਤੇ ਸ਼ਰਧਾਲੂਆਂ
ਤੇ ਹੈਲੀਕਾਪਟਰ ਦੇ ਨਾਲ ਇਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਕੁੰਭ ਦੇ ਤੀਜੇ ਸ਼ਾਹੀ ਇਸ਼ਨਾਨ ਦੀ ਸ਼ੁਰੂਆਤ ਰਵਾਇਤਾਂ ਅਨੁਸਾਰ ਪੰਚਾਇਤੀ ਮਹਾਨਿਰਵਾਣ ਅਖਾੜੇ ਨੇ ਕੀਤੀ। ਇਸ ਦੇ ਨਾਲ ਸ਼੍ਰੀ ਪੰਚਾਇਤੀ ਅਟਲ ਅਖਾੜੇ ਨੇ ਵੀ ਸੰਗਮ 'ਚ ਡੁਬਕੀਆਂ ਲਾਈਆਂ। ਲਖਨਊ ਤੋਂ ਖਬਰ ਆ ਰਹੀ ਹੈ ਜਿੱਥੇ ਕਾਂਗਰਸ ਦੀ ਮੁਹਿੰਮ ਨੂੰ ਹੁਲਾਰਾ ਦੇਣ ਵਾਸਤੇ ਪ੍ਰਿਯੰਕਾ ਗਾਂਧੀ ਜਿਨ੍ਹਾਂ ਦੀ ਨਵੀਂ ਨਿਯੁਕਤ ਹੋਈ ਹੈ ਸਕੱਤਰ ਜਨਰਲ ਕਾਂਗਰਸ ਕੌਮੀ, ਉਹਨਾਂ ਨੇ ਆਪਣਾ ਰੋਡ ਸ਼ੋਅ ਕੱਢਿਆ ਹੈ। ਖਬਰ ਨਵੀਂ ਦਿੱਲੀ ਤੋਂ। ਦਿੱਲੀ ਦੇ ਜੰਤਰ ਮੰਤਰ ਉੱਤੇ ਧਰਨਾ ਦੇ ਰਹੇ ਮੰਗ ਕਰਨ ਵਾਲੀ ਜਬਰ ਵਿਰੁੱਧ ਐਕਸ਼ਨ ਅਤੇ ਵੈਲਫੇਅਰ ਕਮੇਟੀ ਨਵਾਂ ਸ਼ਹਿਰ ਦੇ ਆਗੂਆਂ ਦਾ ਸਮਰਥਨ ਕਰਨ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਅਤੇ ਅਭੈ ਸਿੰਘ ਸੰਧੂ ਅਤੇ ਅਭੈ ਸੰਧੂ ਦੀ ਪਤਨੀ ਅਤੇ ਤੇਜਵਿੰਦਰ ਕੌਰ ਨੇ ਜੰਤਰ ਮੰਤਰ ਪਹੁੰਚ ਕੇ ਧਰਨਾਕਾਰੀਆਂ ਦਾ ਹੌਸਲਾ ਵਧਾਇਆ ਹੈ। ਜੈਪੁਰ ਤੋਂ ਖਬਰ, ਨੌਕਰੀਆਂ ਅਤੇ ਵਿੱਦਿਅਕ ਸੰਸਥਾਵਾਂ 'ਚ 5% ਰਾਖਵੇਂ ਕਰਨ ਦੀ ਮੰਗ ਕਰ ਰਹੇ ਗੁੱਜਰ ਭਾਈਚਾਰੇ ਦਾ ਅੰਦੋਲਨ ਢੋਲਪੁਰ ਜ਼ਿਲ੍ਹੇ 'ਚ ਹਿੰਸਕ ਹੋ ਗਿਆ। ਇਸ ਦੌਰਾਨ ਗੋਲੀਆਂ ਚੱਲੀਆਂ, 3 ਪੁਲਿਸ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲਿਸ ਨੇ ਰਾਜ ਮਾਰਗ ਉੱਤੇ ਬੈਠੇ ਧਰਨਾਕਾਰੀਆਂ ਨੂੰ ਖਦੇੜਨ ਲਈ ਅਥਰੂ ਗੈਸ ਅਤੇ ਗੋਲੇ ਵੀ ਛੱਡੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਭੁੱਖ ਹੜਤਾਲ ਦਿੱਲੀ ਜਾਰੀ ਹੈ, ਜਿੱਥੇ ਸੰਜੈ ਰਾਊਤ, ਕਮਲਨਾਥ ਸਮੇਤ ਦਿਗਵਿਜੇ ਸਿੰਘ ਵੀ ਪੁੱਜੇ ਹੋਏ ਸਨ। ਇਸ ਮੁੱਦੇ ਉੱਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਰਗਾ ਸਲੂਕ ਕਰਦੇ ਨੇ। ਇਸ ਮੌਕੇ ਕੇਜਰੀਵਾਲ ਨੇ ਨਾਇਡੂ ਦਾ ਸਮਰਥਨ ਕੀਤਾ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਨਾਇਡੂ ਦਾ ਸਮਰਥਨ ਕੀਤਾ। ਗੁੱਜਰ ਅੰਦੋਲਨ ਭਖਿਆ ਦੇਖ ਕੇ 4 ਟ੍ਰੇਨਾਂ ਦੇ ਰੂਟ ਬਦਲੇ ਗਏ ਨੇ, ਇੱਕ ਟ੍ਰੇਨ ਰੱਦ ਕੀਤੀ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਗੁੱਜਰਾਂ ਨੂੰ ਕੇਂਦਰ 'ਚ ਜਾ ਕੇ ਆਪਣੀਆਂ ਮੰਗਾਂ ਪੁੱਜਦੀਆਂ ਕਰਨੀਆਂ ਚਾਹੀਦੀਆਂ ਨੇ। ਪਟਿਆਲੇ ਤੋਂ ਖਬਰ, ਸਰਕਾਰੀ ਰਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀ ਬੀ ਹਸਪਤਾਲ ਪਟਿਆਲਾ ਸਮੇਤ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ 'ਚ ਠੇਕਾ ਆਧਾਰਿਤ ਨਰਸਿਸ ਐਂਡ ਸੈਸਰੀ ਅਤੇ ਚੌਥਾ ਦਰਜਾ ਸਟਾਫ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਹੜਤਾਲ 7ਵੇਂ ਦਿਨ ਵਿੱਚ ਜਾਰੀ ਹੋ ਗਈ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਜ਼ਾਰਾਂ ਕਿਸਾਨਾਂ ਨੇ ਇਕੱਤਰ ਹੋ ਕੇ 2 ਮਿੰਟ ਦਾ ਮੌਨ ਧਾਰਨ ਕਰਕੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਸੂਬਾ ਸਰਕਾਰ ਦੇ ਨਾਂ ਤੇ ਕਰਜ਼ਾ ਖਤਮ ਕਰਨ ਲਈ ਹਜ਼ਾਰਾਂ ਦਰਖਾਸਤਾਂ ਮੁੱਖ ਮੰਤਰੀ ਨੂੰ ਭੇਜੀਆਂ। ਜਥੇਬੰਦੀ ਨੇ ਆਖਿਆ ਕਿ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ ਕਿਸਾਨੀ ਸੰਕਟ ਦੇ ਸ਼ਹੀਦ ਨੇ, ਜਿਨ੍ਹਾਂ ਨੂੰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਸੰਕਟ ਵਿੱਚ ਫਸੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਪੰਜਾਬ ਦੇ ਹਰ ਘਰ ਵਿੱਚ ਸੱਥਰ ਵਿਛ ਰਹੇ ਹੈ ਤੇ ਪੰਜਾਬ ਦੇ ਹਰ ਪਿੰਡ ਕਿਸਾਨਾਂ ਦੀਆਂ ਲਾਸ਼ਾਂ ਦਾ ਘਰ ਬਣਦਾ ਜਾ ਰਿਹਾ ਹੈ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਬਜਟ ਵਿੱਚੋਂ ਕਿਸਾਨ ਮਜ਼ਦੂਰਾਂ ਤੇ ਪਿੰਡਾਂ ਨੂੰ ਬਣਦਾ ਹਿੱਸਾ ਦਿੱਤਾ ਜਾਵੇ, ਕਿਸਾਨਾਂ ਮਜ਼ਦੂਰਾਂ ਸਿਰ ਖੜਾ ਸਮੁੱਚਾ ਸਰਕਾਰੀ ਸਹਿਕਾਰੀ ਤੇ ਪ੍ਰਾਈਵੇਟ ਕਰਜ਼ਾ ਖਤਮ ਕੀਤਾ ਜਾਵੇ ਤੇ 10 ਏਕੜ ਤੱਕ ਦੇ ਕਿਸਾਨਾਂ ਨੂੰ ਬਿਨਾਂ ਵਿਆਜ ਦੇ ਨਵੇਂ ਸਿਰੇ ਤੋਂ ਫਸਲ ਪਾਲਣ ਲਈ ਕਰਜ਼ਾ ਦਿੱਤਾ ਜਾਵੇ, ਕਿਸਾਨਾਂ ਨੂੰ ਫਸਲ ਦੀ ਲਾਗਤ ਤੋਂ ਘੱਟੋ ਘੱਟ 1.5 ਗੁਣਾ ਕੀਮਤ ਦੇਣ ਸੰਬੰਧੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਨਾਲ ਉਨ੍ਹਾਂ ਦੀ ਮੰਗ ਹੈ ਕਿ ਖੁਦਕੁਸ਼ੀ ਪੀੜਿਤ ਕਿਸਾਨ ਮਜ਼ਦੂਰ ਪਰਿਵਾਰ ਨੂੰ 5-5 ਲੱਖ ਰੁਪਏ ਦੀ ਸਹਾਇਤਾ ਤੌਰ ਦੀ ਜਾਵੇ ਤੇ ਸਰਕਾਰ ਵੱਲੋਂ ਖੁਦਕੁਸ਼ੀ ਬਾਰੇ ਯੂਨੀਵਰਸਿਟੀ ਰਾਹੀਂ ਕਰਵਾਏ ਸਰਵੇ ਤੋਂ ਬਾਹਰ ਰਹਿ ਗਏ ਖੁਦਕੁਸ਼ੀ ਪੀੜਿਤ ਪਰਿਵਾਰਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮੋਹਾਲੀ ਵਿੱਚ 31 ਮਾਰਚ ਨੂੰ ਕਰਵਾਈ ਜਾ ਰਹੀ ਫੁੱਲ ਮੈਰਾਥਨ ਵਿੱਚ ਹਿੱਸਾ ਲੈਣ ਲਈ ਫੌਜਾ ਸਿੰਘ, ਮਾਨ ਸਿੰਘ, ਮਿਲਖਾ ਸਿੰਘ ਸਣੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਮੈਰਾਥਨ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਲਈ ਸੱਦਾ ਪੱਤਰ ਭੇਜੇ ਜਾ ਰਹੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਇਵੈਂਟ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਨਿਯਮਾਂ ਮੁਤਾਬਕ ਚਿਪ ਟਾਈਮਡ ਵਿਸ਼ੇਸ਼ ਚਿਪ ਸਣੇ 42 ਕਿਲੋਮੀਟਰ ਫੁੱਲ ਮੈਰਾਥਨ ਕਰਾਈ ਜਾਏਗੀ। 21 ਕਿਲੋਮੀਟਰ ਦੀ ਹਾਫ ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਤੋਂ ਇਲਾਵਾ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ 5 ਕਿਲੋਮੀਟਰ ਦੀ ਦੌੜ ਵੀ ਕਰਵਾਈ ਜਾਣੀ ਹੈ।
ਅਜਨਾਮਾ ਵਿੱਚ 30 ਸਮਾਰਕਾਂ ਕੀ ਕਹਿ ਰਿਹਾ ਉਹ ਤੁਹਾਨੂੰ ਦੱਸ ਦਈਏ। ਕਹਿੰਦਾ ਕਿ ਲੜਦੇ ਟਿਕਟ ਦੇ ਲਈ ਹਨ ਕਾਂਗਰਸੀਏ, ਉਮੀਦਵਾਰੀ ਲਈ ਲੱਗੀ ਆ ਜੰਗ ਬੇਲੀ, ਛਕਣ ਛਕਾਉਣ ਦੀ ਹੈ ਸਾਰੀ ਸਾਂਝ ਟੁੱਟੀ, ਮਿੱਤਰ ਯਾਰ ਦੀ ਖਿੱਚ ਰਿਹਾ ਟੰਗ ਬੇਲੀ, ਛਕਣ ਛਕਾਉਣ ਦੀ ਹੈ ਸਾਰੀ ਸਾਂਝ ਟੁੱਟੀ ਅਤੇ ਮਿੱਤਰ ਯਾਰ ਦੀ ਖਿੱਚ ਰਿਹਾ ਟੰਗ ਬੇਲੀ, ਆਪਸ ਵਿੱਚ ਜਦ ਦੋਸ਼ਾਂ ਦੀ ਲੱਗੀ ਝੜੀ, ਆਪਸ ਵਿੱਚ ਜਦ ਦੋਸ਼ਾਂ ਦੀ ਝੜੀ ਲੱਗੀ, ਛੱਡਤੀ ਜਾਪਦੀ ਹੈ ਸ਼ਰਮ ਸੰਗ ਬੇਲੀ। ਦੂਸ਼ਣਬਾਜ਼ੀ ਦਾ ਪੱਧਰ ਵੀ ਇਸ ਤਰ੍ਹਾਂ ਦਾ, ਦੂਸ਼ਣਬਾਜ਼ੀ ਦਾ ਪੱਧਰ ਵੀ ਇਸ ਤਰ੍ਹਾਂ ਦਾ, ਫਨੀਅਰ ਮਾਰਦਾ ਜਿਵੇਂ ਕੋਈ ਡੰਗ ਬੇਲੀ। ਬਾਲਾ ਅਮਨ ਆ ਦਫ਼ਤਰ ਅਕਾਲੀਆਂ ਦੇ, ਬਾਲਾ ਅਮਨ ਆ ਦਫ਼ਤਰ ਅਕਾਲੀਆਂ ਦੇ, ਕੋਈ ਨਾ ਟਿਕਟ ਦਾ ਹੈ ਦਾਅਵੇਦਾਰ ਬੇਲੀ, ਉਲਟਾ ਟਿਕਟ ਵੀ ਜਿਹੜੇ ਨੂੰ ਪੇਸ਼ ਕਰਦੇ ਸੁਣਨੀ ਪੈਂਦੀ ਫਿਰ ਉਸ ਤੋਂ ਇਨਕਾਰ ਬੇਲੀ, ਉਲਟਾ ਟਿਕਟ ਵੀ ਜਿਹੜੇ ਨੂੰ ਪੇਸ਼ ਕਰਦੇ ਅਤੇ ਸੁਣਨੀ ਪੈਂਦੀ ਫਿਰ ਉਸ ਤੋਂ ਇਨਕਾਰ ਬੇਲੀ। ਇਹ ਕਹਿ ਰਿਹਾ ਸੀ ਅਜਨਾਮਾ ਵਿੱਚ 30 ਸਮਾਰਕਾਂ। ਸ਼ਿਮਲਾ ਅਤੇ ਸ਼੍ਰੀਨਗਰ ਤੋਂ ਖਬਰਾਂ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਅਗਲੇ ਹਫ਼ਤੇ ਵਧੇਰੇ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਪੇਸ਼ੇਨਗੋਈ ਕਰ ਦਿੱਤੀ ਹੈ। ਭਾਰੀ ਬਰਫ਼ਬਾਰੀ ਦੇ ਚੱਲਦਿਆਂ ਰਾਜਧਾਨੀ ਸ਼ਿਮਲਾ ਅਤੇ ਕਾਂਗੜਾ ਜ਼ਿਲ੍ਹੇ ਦੀ ਸਬ ਤਹਿਸੀਲ ਮੁਲਬਾਨ 'ਚ ਸਰਦੀਆਂ ਅਤੇ ਛੁੱਟੀਆਂ 2 ਦਿਨ ਲਈ ਵਧਾ ਦਿੱਤੀਆਂ ਗਈਆਂ ਨੇ। ਸਰਦੀਆਂ ਕਾਰਨ ਔਰ ਸਕੂਲ ਇੱਥੇ 13 ਫਰਵਰੀ ਨੂੰ ਖੁੱਲ੍ਹਣਗੇ। ਉੱਧਰ ਕਸ਼ਮੀਰ 'ਚ ਵੱਖ ਵੱਖ ਥਾਈਂ ਸੱਜਰੀਆਂ ਢਿੱਗਾਂ ਡਿੱਗੀਆਂ। ਰਣਨੀਤਕ ਪੱਖੋਂ ਅਹਿਮ ਜੰਮੂ ਸ਼੍ਰੀਨਗਰ ਕੌਮੀ ਸ਼ਾਹਰਾਹ ਲਗਾਤਾਰ 5ਵੇਂ ਦਿਨ ਵੀ ਬੰਦ ਰਿਹਾ ਹੈ। ਅੰਮ੍ਰਿਤਸਰ ਸਾਹਿਬ ਤੋਂ ਖਬਰ। ਰੇਲ ਵਿਭਾਗ ਨੇ ਧੁੰਦ ਕਾਰਨ ਰੱਦ ਕੀਤੀਆਂ ਕਈ ਰੇਲ ਗੱਡੀਆਂ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਅੰਮ੍ਰਿਤਸਰ ਤੋਂ ਚੰਡੀਗੜ੍ਹ ਵਿਚਾਲੇ ਚੱਲਦੀ ਸੁਪਰਫਾਸਟ ਰੇਲ ਗੱਡੀ ਨੂੰ ਹੁਣ 31 ਮਾਰਚ ਤੱਕ ਰੱਦ ਕਰ ਦਿੱਤਾ ਗਿਆ ਹੈ। ਜੰਮੂ ਅਤੇ ਬਠਿੰਡਾ ਵਿਚਾਲੇ ਵਾਇਆ ਅੰਮ੍ਰਿਤਸਰ ਚੱਲਣ ਵਾਲੀ ਬਠਿੰਡਾ ਐਕਸਪ੍ਰੈਸ ਰੇਲ ਗੱਡੀ 29 ਮਾਰਚ ਤੱਕ ਬੰਦ ਰਹੇਗੀ। ਪੰਜਾਬ 'ਚ ਮੌਸਮ ਠੰਡ ਵਾਲਾ ਹੀ ਚੱਲ ਰਿਹਾ। ਅੱਜ ਧੁੱਪ ਨਿਕਲਦੀ ਰਹੀ ਵਿਰਲੀ ਵਿਰਲੀ ਔਰ ਬੱਦਲ ਕਾਲੇ ਬੋਲੇ ਬਣਦੇ ਰਹੇ ਔਰ ਹਾਲੇ ਸੰਘਣੀ ਬੱਦਲਵਾਈ ਬਣੀ ਹੋਈ ਹੈ। ਮੌਸਮੀ ਮਾਹਰ ਕਹਿੰਦੇ ਆ ਕਿ ਮੀਂਹ ਪੈ ਸਕਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।